நீ கவாண்டனி பக்காதே ரொட்டினா ਸਖਜਿੰਦਰ ਰਾਜ ਲਾਲੀ ਜੀ ਸਰ ਜਲਦੀ ਤਾਂ ਨਹੀਂ ਹੈਗੇ ਆ 10 ਮਿੰਟ ਹੈ ਓਕੇ ਮੈਂ ਗਾਣਾ ਫਿਰ ਉਹ ਜਿਹਾ ਸ਼ੁਰੂ ਕਰ ਲਾਂ ਓਕੇ ਬਾਜੀ ਓਕੇ ਹੋਟਲ ਤੋ ਗਵਾਂਢਣੇ ਪਕਾ ਦੇ ਰੋਟੀਆਂ ਮੇਰੇ ਘਰ ਵਾਲੀ ਗਈ ਯਾਰ ਉਸ ਤੋਂ ਪਿੱਕੇ ਮਾੜਾ ਇੱਕ ਘੋਟਾ ਬਾਜੀ ਬਾਜੀ 9 ਮਿੰਟ ਮਾੜਾ ਇੱਕ ਘੋਟਾ ਗਵਾਂਢਣੇ ਪਕਾ ਦੇ ਰੋਟੀਆਂ ਮੇਰੇ ਘਰ ਵਾਲੀ ਗਈ ਯਾਰ ਸਾਰੇ ਗਾਵਾਂਗੇ ਸਾਰੇ ਜਿਹੜੇ ਤੂੰ ਜਿੰਨੇ ਵੀ ਤੂੰ ਕਹੋਂਗਾ ਗਾ ਦਾਂਗੇ ਇਹ ਗਾਣਾ ਗਵਾਂਢਣੇ ਪਕਾ ਦੇ ਰੋਟੀਆਂ ਮੇਰੇ ਘਰ ਵਾਲੀ ਗਈ ਯਾਰ ਉਸ ਪਿੱਕੇ ਤੁਹਾਨੂੰ ਪਤਾ ਆਪਣੇ ਸਭਾਚਾਰ ਦੀਆਂ ਗੱਲਾਂ ਆਪਣੇ ਘਰਾਂ ਦੀਆਂ ਗੱਲਾਂ ਹੈ ਇਹ ਆਪਣੀ ਐਲਬਮ ਆਈ ਸੀ ਪਿੱਛੇ ਜੇ ਮੇਰੇ ਘਰ 'ਚ ਕਤਰਾਂ ਦੀ ਗੱਲ ਪਹੁੰਚ ਗਈ ਕਤਰਾਂ ਦੀ ਗੱਲ ਪਹੁੰਚ ਗਈ ਅਸਤਾਈ ਸੀ ਉਹ 'ਚ ਗਾਣਾ ਗਾਹੀ ਗਵਾਂਢਣੇ ਪਕਾ ਦੇ ਰੋਟੀਆਂ ਮੇਰੇ ਘਰ ਵਾਲੀ ਗਈ ਯਾਰ ਉਸ ਪਿੱਕੇ ਇਹ ਗਾਣਾ ਮੇਰੇ ਤਾਏ ਜੀ ਨੇ ਲਿਖ ਕੇਤਾ ਸੀ ਤਾਰੀ ਜੈਤੋਲੇ ਨੇ ਮੇਰੇ ਤਾਏ ਜੀ ਨੇ ਲਿਖ ਕੇਤਾ ਸੀ ਤਾਰੀ ਜੈਤੋਲੇ ਤੂੰ ਜਾਣਦੀ ਹੈ ਜਾਣਦੇ ਕਿ ਨਹੀਂ ਜਾਣਦੇ ਜਿਹੜੇ ਆਪਣੇ ਬਜ਼ੁਰਗਾਂ ਤੋਂ ਜਾਣਦੀ ਜਿਹੜੀ ਆਪਣੀ ਨਵੀਂ ਪਨੀਰੀ ਇਹ ਸ਼ਾਇਦ ਨਾ ਜਾਣਦੀ ਹੋਈ ਚੱਲ ਮੈਂ ਯਾਦ ਕਰਦਾ ਵੀ ਕਿਹੜੇ ਲਿਖੇ ਗੀਤ ਕਿਹੜੇ ਕਲਾਕਾਰ ਗਾਏ ਹੈ ਤਾਰੀ ਜੈਤੋਲੇ ਦੇ ਤਾਰੀ ਜੈਤੋਲੇ ਨੇ ਗਾਣਾ ਲਿਖਿਆ ਸੀਗਾ ਦਰਦਾਰ ਸੰਧੂ ਸਾਹਿਬ ਦੇ ਅਮਰ ਨੂੰ ਨਿਗਾ ਸੀਗਾ ਗਾਣੇ ਬੋਲ ਸੀ ਕਹਿੰਦੇ ਬੰਦ ਪਿਆ ਦਰਵਾਜ਼ਾ ਜੋ ਫਾਟਕ ਕੋਟ ਕਪੂਰੇ ਦਾ ਉਸ ਮੇਰੇ ਤਾਏ ਦਾ ਨਾਮ ਬੋਲਿਆ ਜੈਤੋ ਵਾਲੇ ਤਾਰੀ ਵਾਂਗੂ ਧਰਮ ਰਾਜ ਬਣ ਬਹਿੰਦਾ ਨੀ ਤੇ ਇੱਕ ਉਹਨਾਂ ਗਾਣਾ ਸੀ ਸਾਹਿਬ ਨੇ ਗਾਇਆ ਸੀਗਾ ਕਹਿੰਦਾ ਜੈਤੋ ਵਾਲੇ ਤਾਰੀ ਨੇ ਕੀ ਆਖ ਦਿੱਤਾ ਤੈਨੂੰ ਬਸ ਇੱਥੇ ਗੱਲ ਠੱਪ ਤੂੰ ਅੱਗੇ ਨਾ ਮਰਾ ਬੋਲੋ ਆਪਣਾ ਤਾਂ ਬਸ ਆਸੇ ਠੱਠੇ ਦਾ ਸਵਾਲ ਬੋਲੋ ਆਪਣਾ ਤਾਂ ਤੇ ਇੱਕ ਉਹਨਾਂ ਗਾਣਾ ਭਰਾਵਾ ਚਮਕੀਲੇ ਸਾਹਿਬ ਨੇ ਗਾਇਆ ਸੀਗਾ ਗਾਣੇ ਬੋਲ ਪਤਾ ਕੀ ਸੀ ਕਹਿੰਦਾ ਤਾਰੀ ਜੈਤੋਲਾ ਪਿੱਛੇ ਹਟਿਆ ਪਿਆ ਵੇਖ ਲਾ ਕਬੀਲਦਾਰ ਡਟਿਆ ਪਿਆ ਹੋਰ ਬਹੁਤ ਸਾਰੇ ਗਾਣੇ ਉਹਨਾਂ ਕਲਾਕਾਰ ਨੇ ਗਾਏ ਆਏ ਜੋ ਪਹਿਲੀ ਵਾਰੀ ਮੇਰੇ ਤਾਏ ਜੀ ਮੈਨੂੰ ਗਾਣਾ ਲਿਖ ਕੇ ਦਿੱਤਾ ਤੇ ਮੈਂ ਗਾਣਾ ਪੜਿਆ ਜੋ ਮੈਂ ਗਾਣਾ ਪੜਿਆ ਕਿ ਪੇਜ ਦਾ ਸੀਗਾ ਉਹ ਤੇ ਲਿਖਾ ਸੀ ਗਵਾਂਢਣੇ ਪਕਾ ਦੇ ਰੋਟੀਆਂ ਮੇਰੇ ਘਰ ਵਾਲੀ ਗਈ ਯਾਰ ਉਸ ਪੇਕੇ ਤੇ ਮੈਂ ਤਾਏ ਨੇ ਪੁੱਛਿਆ ਮਤਾ ਜੀ ਗੱਲ ਸੁਣੋ ਵੀ ਆਣਾ ਤੂੰ ਮੈਨੂੰ ਪੇਜ ਦਾ ਦਿੱਤਾ ਹੈ ਵੀ ਇਹਦੇ ਉੱਤੇ ਲਿਖਿਆ ਗਵਾਂਢਣੇ ਪਕਾ ਦੇ ਰੋਟੀਆਂ ਮੇਰੇ ਘਰ ਵਾਲੀ ਗਈ ਯਾਰ ਉਸ ਪੇਕੇ ਵੀ ਇਹ ਗਾਣੇ ਦਾ ਮਤਲਬ ਕੀ ਹੈ ਵੀ ਕਈ ਵਾਰੀ ਬੰਦਾ ਪੁੱਛ ਹੀ ਲੈਂਦਾ ਪਬਲਿਕ ਚੋਂ ਬੰਦਾ ਪੁੱਛ ਲੈਂਦਾ ਕਾਕਾ ਦਾ ਮਤਲਬ ਕੀ ਗਾਣੇ ਦਾ ਵੀ ਮੈਨੂੰ ਦੱਸਣਾ ਪੈ ਸਕਦਾ ਹੈ ਮੈਂ ਤਾਂ ਜੀ ਗਾਣੇ ਦਾ ਮਤਲਬ ਕੀ ਹੈ ਕਹਿੰਦਾ ਪੁੱਤ ਦਾ ਮਤਲਬ ਇਹ ਹੈ ਵੀ ਇੱਥੇ ਦੋ ਭਾਂਡੇ ਹੋਣ ਵੀ ਉੱਥੇ ਖੜਕਦੇ ਰਹਿੰਦੇ ਆ ਵੀ ਇੱਥੇ ਦੋ ਭਾਂਡੇ ਹੋਣ ਖੜਕਦੇ ਰਹਿੰਦੇ ਆ ਤੇ ਮੈਂ ਉਦੋਂ ਛੋਟਾ ਸੀ ਐਡਾ ਨਿਕਾ ਜਾ ਤੇ ਮੈਂ ਭਾਂਡੇ ਉਹ ਸਮਝ ਗਿਆ ਜਿਹੜੇ ਆਪਣੇ ਰਸੋਈ 'ਚ ਪਏ ਹੁੰਦੇ ਆ ਮੈਂ ਤਾਂ ਜੀ ਭਾਂਡੇ ਕਿਹੜੇ ਜਿਹੜੇ ਆਪਣੇ ਰਸੋਈ 'ਚ ਪੈਂਦੇ ਜਿਵੇਂ ਗਲਾਸ ਜਾਂ ਥਾਲ ਜਾਂ ਚੌਂਚੇ ਜਾਂ ਕੌਲੀਆਂ ਜਾਂ ਵੀ ਹੋਰ ਭਾਂਡੇ ਵੀ ਉਹ ਖੜਕਦੇ ਰਹਿੰਦੇ ਆ ਉਹ ਕਹਿੰਦਾ ਸ਼ਦਾਈਆ ਉਹ ਨਹੀਂ ਕਹਿੰਦਾ ਇਹਦਾ ਮਤਲਬ ਇਹ ਹੈ ਕਹਿੰਦਾ ਇੱਥੇ ਦੋ ਜਾਣੇ ਹੋਣ ਮਾੜੀ ਮੋਟੀ ਲੜਾਈ ਝਗੜਾ ਮਾੜੇ ਮੋਟੇ ਗੁੱਸੇ ਮਸਾਲੇ ਹੋਰ ਕੁਸਰ ਮੁਸਰ ਜੀ ਇੱਦਾਂ ਉੱਦਾਂ ਚੁੰਡੋ ਚੁੰਡੀ ਜੋ ਕਿਤੇ ਨਾ ਕਿਤੇ ਮਾੜਾ ਮੋੜ ਹੋ ਹੀ ਜਾਂਦਾ ਪਰਸੋਂ ਹੋ ਹੀ ਗਿਆ ਜੀ ਭਾਈ ਗੱਭਰ ਤੇ ਮਟਿਆਰ ਦੀ ਕਿਤੇ ਬੋਲਾ ਬਣੀ ਹੋ ਗਈ ਬਈ ਤੇ ਮਟਿਆਰ ਬਈ ਰੁੱਸ ਕੇ ਕਿਤੇ ਪੈਕੇ ਚਲੇ ਗਏ ਬਈ ਤੇ ਗੱਭਰੂ ਕਿਸੇ ਗਵਾਂਢਣ ਦਾ ਮੈਂ ਤਰਲਾ ਕਰ ਰਿਹਾ ਕਹਿੰਦਾ ਭਾਈ ਸਾਡੀ ਰੋਟੀ ਪਕਾ ਦਿਓ ਏਦਾਂ ਦੀ ਗੱਲ ਮੈਂ ਧਿਆਨ ਦੇ ਕੇ ਸੋਲੋ ਗਾਣਾ ਕੀ ਹੈ ਨੀ ਗਵਾਂਢਣੇ ਨੀ ਗਵਾਂਢਣੇ ਨੀ ਨੀ ਗਵਾਂਢਣੇ ਨੀ ਹੈ ਨੀ ਉਹ ਕੀ ਗੱਲ ਆ ਨੀ ਗਵਾਂਢਣੇ ਵੇਖੀਆ ਨੀ ਪਕਾ ਦੇ ਰੋਟੀਆਂ ਆ ਐਂਜ ਦਾ ਕੀ ਮਤਲਬ ਹੈ ਤੇ ਨਹੀਂ ਪਕਾਉਣੀਆਂ ਅੱਛਾ ਵੀ ਤੂੰ ਸਾਡੀ ਰੋਟੀ ਨਹੀਂ ਪਕਾ ਕੇ ਦੇਣੀ ਓਏ ਪਕਾ ਦੇ ਆਟਾ ਮੈਂ ਆਪੇ ਗੁੰਮ ਦੂੰ ਅੱਛਾ ਫਿਰ ਰੋਟੀਆਂ ਵੀ ਆਪ ਹੀ ਪਕਾ ਲਈ ਕਹਿੰਦੀ ਰੋਟੀਆਂ ਫਿਰ ਆਪ ਹੀ ਪਕਾ ਲਈ ਗੱਲ ਸੁਣ ਬੰਦਾ ਟਾਟੋ ਦੁੱਖ ਸਗੋਂ ਪਲੱਟ ਲਾਗੋ ਜੇ ਭਲਾ ਕਰਾ ਲਾਗੋ ਜੇ ਪਰ ਬੰਦਿਆਂ ਨੂੰ ਰੋਟੀ ਪਕਾਉਣੀ ਬਹੁਤ ਔਖੀ ਹੈ ਭਾਈ ਧਿਆਨ ਦੇ ਕੇ ਸੁਣ ਹੁਣ ਗੱਭਰੂ ਕੀ ਕਹਿੰਦਾ ਤੇ ਮੁੰਡਿਆਰ ਕੀ ਕਹਿੰਦੀ ਹੈ ਆਲੀ ਵਖੀਤ ਨੂੰ ਗਿਆ ਸੀ ਉੱਥੇ ਹੋ ਗਿਆ ਹਨੇਰਾ ਹਾਏ ਨੀ ਅੱਜ ਦੇ ਮਿਸਾਰ ਬਹੁਤ ਧੰਨਵਾਦ ਤੇਰਾ ਖੇਤ ਨੂੰ ਗਿਆ ਸੀ ਉੱਥੇ ਹੋ ਗਿਆ ਹਨੇਰਾ ਜੇ ਅੱਜ ਦੇ ਮੈਂ ਸੌਰ ਬਹੁਤ ਧੰਨਵਾਦ ਤੇਰਾ
आखे तू आके नहीं मैं चला गया ठेके गवांडने 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 पका दे रोटियां मेरे घर वाली गई यार उस पे के गवांडने पका दे रोटियां मेरे घर वाली गई यार उस पे के गवांडने पका दे रोटियां हाय वे लारे नालों तेनू दे मैं चिट्टा मैं जवाब माही घर में सबादा बंदा बड़ा है खराब वे लारे नालों तेनू दे मैं चिट्टा मैं जवाब माही घर में सबादा बंदा बड़ा है खराब कहंदी लारे नालों तेनू दे मैं चिट्टा मैं जवाब माही घर में सबादा बंदा बड़ा है खराब ना गा सुन ਜਿਹੜਾ ਤੇਰਾ ਮਾਹੀ ਹੈ ਜਿਹੜਾ ਤੇਰਾ ਘਰ ਵਾਲਾ ਹੈ ਜਿਹੜਾ ਤੇਰਾ ਉਹ ਜਿਹੜਾ ਤੇਰਾ ਪਤੀ ਹੈ ਹਾਂਜੀ ਉਹ ਜਿਹੜਾ ਤੇਰਾ ਉਹ ਯਾਰ ਉਹ ਤੇਰਾ ਯਾਰ ਉਹ ਮੈਂ ਭੁੱਲ ਗਿਆ ਅੱਜ ਕੱਲ੍ਹ ਪੜ੍ਹੀਆਂ ਲਿਖੀਆਂ ਕੁੜੀਆਂ ਅੰਗਰੇਜ਼ੀ 'ਚ ਆਪਦੇ ਘਰ ਵਾਲੇ ਨੂੰ ਕੀ ਕਹਿੰਦੀਆਂ ਕਾਹਦੇ 'ਚ ਉਹ ਯਾਰ ਮੈਂ ਭੁੱਲ ਗਿਆ ਉਹਨੇ ਅੱਜ ਕੱਲ੍ਹ ਪੜ੍ਹੀਆਂ ਲਿਖੀਆਂ ਕੁੜੀਆਂ ਆਪਦੇ ਘਰ ਵਾਲੇ ਅੰਗਰੇਜ਼ੀ 'ਚ ਕੀ ਕਹਿੰਦੀਆਂ ਤੈਨੂੰ ਹੀ ਪਤਾ ਹੋਊ ਉਹ ਭੁੱਲ ਗਿਆ ਯਾਰ ਹਾਂ ਹਾਂ ਯਾਦ ਆ ਗਿਆ ਯਾਦ ਆ ਗਿਆ ਉਹ ਤੇਰਾ ਹੈਸਪੈਟ ਵੀ ਉਹ ਹੈਸਪੈਟ ਨਹੀਂ ਹੁੰਦਾ ਹਾਂ ਹਸਬੈਂਡ ਹੁੰਦਾ ਕਿਉਂ ਨਾ ਹਸਬੈਂਡ ਕਿਉਂ ਨਾ ਹਸਬੈਂਡ ਅਸ ਹਸਬੈਂਡ ਅਸ ਹਸਬੈਂਡ ਅਸ ਹਸਬੈਂਡ ਅਸੇ ਉਹ ਜਾਦੇ ਖਰਾਬ ਹੈ ਹਾਂਜੀ ਬਾਲਾ ਖਰਾਬ ਹੈ ਹੜਪ ਬੜਾ ਲੜਾਕਾ ਬੜਾ ਲੜਦਾ ਰਹਿੰਦਾ ਖਰਾਬ ਹੈ ਜਾਦੇ ਖਰਾਬ ਹੈ ਬਾਲਾ ਖਰਾਬ ਹੈ ਹਾਂਜੀ ਜਾਦੇ ਖਰਾਬ ਹੈ ਜਮਾ ਹੀ ਖਰਾਬ ਹੈ ਜਮਾ ਹੀ ਜਮਾ ਹੀ ਖਰਾਬ ਹੈ ਵੇ ਆਹੋ ਐ ਕਰੂਣ ਛੱਡ ਦਿੱਤੇ ਉਹਨੂੰ ਗੰਜੇ ਜੇ ਨੂੰ ਕਰ ਲਾ ਭਲਾ ਚੱਕ ਕੇ ਵਿਆਰ ਲਈ ਫਿਰ ਨਹੀਂ ਕੁਛ ਨਹੀਂ ਕਹਿੰਦਾ ਨਾਲੇ ਸਾਫੜ ਦੀ ਵੀ ਬਚਤ ਹੋ ਨਾਉਂਦਾ ਵੀ ਨਹੀਂ ਕਰੇ ਵੇ ਲਾਰੇ ਨਾਲੋਂ ਤੈਨੂੰ ਦੇਵਾਂ ਚਿੱਟਾ ਮੈਂ ਜਵਾਬ ਮਾਹੀ ਗਰਮ ਸੁਭਾ ਦਾ ਬੰਦਾ ਬੜਾ ਏ ਖਰਾਬ ਮੇਰੇ ਸਿਰ ਇਲਜ਼ਾਮ ਭਾਰਾ ਪੈਣਾ ਬੇਟਾ ਇੱਥੇ ਫਿਰ ਘਰ ਕੀ ਲੋਕਾਂ ਨੇ ਮਾੜੀ ਪੈਣਾ ਬੇਟਾ ਇੱਥੇ ਫਿਰ ਘਰ ਕੀ ਲੋਕਾਂ ਨੇ ਮਾੜੀ ਪੈਣਾ ਬੇਟਾ ਇੱਥੇ ਦੇ ਜਾ ਮੁੰਡਿਆ ਮਾਤਾ ਸੌਂਦਾ ਨੇ ਤੂੰ ਭੁੱਖਾ ਨੀ ਆ ਬਣੀ ਵੇਲੇ ਤੂੰ ਹੀ ਬੋਲੀ ਜਾ ਮੇਰੇ ਖਾ ਰੁਖਾ ਨੀ ਹਾਂ ਪੰਜ ਦਿਨ ਹੋ ਗਏ ਮਾਤਾ ਸੌਂਦਾ ਨੇ ਤੂੰ ਭੁੱਖਾ ਨੀ ਨੀ ਬਣੀ ਵੇਲੇ ਤੂੰ ਹੀ ਬੋਲੀ ਜਾ ਮੇਰੇ ਖਾ ਰੁਖਾ ਨੀ ਹਾਂ ਪੰਜ ਦਿਨ ਹੋ ਗਏ ਮਾਤਾ ਸੌਂਦਾ ਨੇ ਤੂੰ ਭੁੱਖਾ ਨੀ ਬਣੀ ਵੇਲੇ ਤੂੰ ਹੀ ਬੋਲੀ ਜਾ ਮੇਰੇ ਖਾ ਰੁਖਾ ਨੀ ਚੰਗੇ ਕੰਮਾਂ ਦੇ ਤਾਂ ਨੀ ਚੰਗੇ ਕੰਮਾਂ ਦੇ ਤਾਂ ਚੰਗੇ ਕੰਮਾਂ ਤੇ ਰੱਬ ਮੰਗ ਲੈ ਕੇ ਗਵਾਂਡਣੇ ਗਵਾਂਡਣੇ ਨਾ ਇੱਥੇ ਵੀ ਐਂ ਜੇ ਕਰੀ ਜਾਨੀ ਜਦੋਂ ਫੁਲਕੇ ਲਾਹਦੇ ਫਿਰ ਕੀ ਹੋ ਜੂ ਨੀ ਗਵਾਂਡਣੇ ਪਕਾ ਦੇ ਰੋਟੀਆਂ ਮੇਰੇ ਘਰ ਵਾਲੀ ਗਈ ਯਾਰ ਉਸ ਦੇ ਕੇ ਗਵਾਂਡਣੇ ਪਕਾ ਦੇ ਰੋਟੀਆਂ ਹਾਏ ਜਨਾਨੀਆਂ ਦੇ ਸਿਰਾਂ ਉੱਤੇ ਮੋਜਾ ਰਹਿਣ ਮਾਣਦੇ ਮਰਦ ਜਨਾਨੀਆਂ ਨੂੰ ਜੁੱਤੀ ਪਰ ਜਾਣਦੇ Yeah.
ਚਿੱਤੜੀ ਦੀ ਗਈ ਆ ਚਿੱਤੜੀ ਦੀ ਗਈ ਆ ਹਾਂ ਚਿੱਤੜੀ ਦੀ ਗਈ ਹਾਂ ਚਿੱਤੜੀ ਦੀ ਗਈ ਨਹੀਂ ਮੈਂ ਕੱਲਾ ਕੱਲਾ ਰਹਿ ਗਿਆ ਨਹੀਂ ਸ਼ਰੀਫ ਦਿਲਦਾਰ ਨੂੰ ਤਾਂ ਦੁੱਖ ਸਹਿਣਾ ਪੈ ਗਿਆ ਅੱਛਾ ਤੁਸੀਂ ਖੁਸ਼ ਹੈ ਇਸ ਕੰਮ 'ਚ ਵੀ ਸ਼ਰੀਫ ਦਿਲਦਾਰ ਨੂੰ ਦੁੱਖ ਸਹਿਣਾ ਪੈ ਗਿਆ ਜਿੱਦਣ ਦੀ ਕਹੀ ਨੀ ਮੈਂ ਕੱਲਾ ਕੱਲਾ ਰਹਿ ਗਿਆ ਨਹੀਂ ਸ਼ਰੀਫ ਦਿਲਦਾਰ ਨੂੰ ਤਾਂ ਦੁੱਖ ਸਹਿਣਾ ਪੈ ਗਿਆ ਅਜੇ ਬਾਬਿਆਂ ਦੇ ਨਹੀਂ ਅਜੇ ਸੰਤਾਂ ਦੇ ਅਜੇ ਬਾਬਿਆਂ ਦੇ ਮੂਹਰੇ ਮੱਥੇ ਟੇਕੇ ਗਵਾਂਢਣੇ 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 ਪਕਾ ਦੇ ਰੋਟੀਆਂ ਮੇਰੇ ਘਰ ਵਾਲੀ ਗਈ ਆ ਰੁੱਸ ਵੇ ਕੇ ਗਵਾਂਢਣੇ ਪਕਾ ਦੇ ਰੋਟੀਆਂ ਹਏ ਹੁਣ ਕਦੋਂ ਇੰਨਾ ਪਛਤਾਵਾ ਕਰੇ ਤੂੰ ਵੇ ਪਹਿਲਾਂ ਉਹਨੂੰ ਬੋਲਦਾ ਨਹੀਂ ਹੁੰਦਾ ਸੀ ਤੂੰ ਮੂੰਹ ਵੇ ਹੁਣ ਕਦੋਂ ਇੰਨਾ ਪਛਤਾਵਾ ਕਰੇ ਤੂੰ ਵੇ ਪਹਿਲਾਂ ਉਹਨੂੰ ਬੋਲਦਾ ਨਹੀਂ ਹੁੰਦਾ ਸੀ ਤੂੰ ਮੂੰਹ ਵੇ ਲੈ ਜਾ ਕੇ ਵੇ ਤੂੰ ਅੜੀ ਤੋਂ ਕੀ ਲੈਣਾ ਪਿਆ ਡੈ ਤੇਰੇ ਘਰ ਕੀ ਦੁਕਾਨੇ ਮਾੜੀ ਪੈਣਾ ਪਿਆ ਡੈ ਤੇਰੇ ਘਰ ਕੀ ਦੁਕਾਨੇ ਮਾੜੀ ਪੈਣਾ ਪਿਆ ਡੈ ਤੇਰੇ ਜਾ ਮੁੰਡਿਆ ਤੇ ਘਰ ਵਾਲੀ ਵੀ ਯਾਰ ਉਸ ਤੇ ਕੇ ਗਵਾਂਢਣੀ ਬਕਾ ਦੇ ਰੋਟੀਆਂ ਵਾਲੀ ਗਈ ਯਾਰ ਉਸੇ ਦੇ ਗਵਾਂਢਣੇ ਬਣਾ ਦੇ ਰੋਟੀਆਂ ਤੇਰੇ ਘਰ ਕੀ ਲੋਕਾਂ ਨੇ ਮਾੜੀ ਪੈਣਾ ਪਿਆ ਡਾਇ ਤੇ ਦੇ ਜਾ ਤੇਰੇ ਘਰ ਵਾਲੀ ਗਈ ਯਾਰ ਉਸੇ ਦੇ ਗਵਾਂਢਣੇ ਬਣਾ ਦੇ ਰੋਟੀਆਂ ਤੇਰੇ ਘਰ ਕੀ ਲੋਕਾਂ ਨੇ ਮਾੜੀ ਪੈਣਾ ਪਿਆ ਡਾਇ ਤੇ ਦੇ ਜਾ ਮੁੰਡਿਆ ਵਾਲੀ ਗਈ ਯਾਰ ਉਸੇ ਦੇ ਗਵਾਂਢਣੇ ਬਣਾ ਦੇ ਰੋਟੀਆਂ ਤੇਰੇ ਘਰ ਤੇਰੇ ਘਰ ਕੀ ਲੋਕਾਂ ਨੇ ਮਾੜੀ ਪੈਣਾ ਪਿਆ ਡਾਇ ਤੇ ਦੇ ਜਾ ਮੁੰਡਿਆ ਤੇਰੇ ਘਰ ਵਾਲੀ ਗਈ ਯਾਰ ਉਸੇ ਦੇ ਗਵਾਂਢਣੇ ਬਣਾ ਦੇ ਰੋਟੀਆਂ ਤੇਰੇ ਘਰ ਕੀ ਲੋਕਾਂ ਨੇ ਮਾੜੀ ਪੈਣਾ ਵਾਲੀ ਗਈ ਯਾਰ ਉਸ ਵੇ ਕੇ ਗਵਾਂਢਣੀ ਬਣਾ ਦੇ ਰੋਟੀਆਂ ਤੇਰੇ ਘਰ ਵਾਲੀ ਗਈ ਯਾਰ ਉਸ ਵੇ ਕੇ ਗਵਾਂਢਣੀ ਬਣਾ ਦੇ ਰੋਟੀਆਂ ਤੇਰੇ ਘਰ ਵਾਲੀ ਗਈ ਯਾਰ ਉਸ ਵੇ ਕੇ ਗਵਾਂਢਣੇ 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 ਕੌਣ ਗਵਾਂਢਣੇ ਨਹੀਂ ਮੰਨੀ ਵੀ ਤਾੜੀ ਮਾਰ ਦੋ